ਮੇਰਾ ਨਾਮ ਕਮਲਪ੍ਰੀਤ ਕੌਰ ਹੈ। ਪਿੰਡ ਨਾਰਲੀ, ਜ਼ਿਲ੍ਹਾ ਅੰਮ੍ਰਿਤਸਰ, ਬਾਰਡਰ ਦੇ ਉੱਪਰ ਪਿੰਡ ਹੈ ਸਾਡਾ, ਲਾਹੌਰ ਦੇ ਬਿਲਕੁਲ ਨਜ਼ਦੀਕ, ਲਾਸਟ ਪਿੰਡ ਹੈ ਆਪਾਂ ਇੰਡੀਆ ਵੱਲੋਂ। ਉੱਥੇ ਰਹਿੰਦੇ ਸੀ ਅਸੀਂ, 10 ਸਾਲ ਸੀ, 10 ਸਾਲ ਸੀ। ਹਾਂਜੀ, ਮੈਨੂੰ ਯਾਦ ਆ, ਪੂਰੇ ਸੁਪਨੇ ਮੂੰਹ ਸਭ ਕੁਝ ਯਾਦ ਹੈ। ਮੈਨੂੰ ਯਾਦ ਆ, ਸਾਡੀਆਂ ਛੁੱਟੀਆਂ ਚੱਲ ਰਹੀਆਂ ਸੀ ਗਰਮੀਆਂ ਦੀਆਂ, ਉਦੋਂ ਇੱਕਦਮ ਮੇਰੇ ਫਾਦਰ ਸਾਹਿਬ ਨੇ ਆ ਕੇ ਕਿਹਾ ਕਿ ਕਰਫਿਊ ਲੱਗ ਗਿਆ ਵਾ, ਲੱਗਦਾ ਹੈ ਕਿ ਦਰਬਾਰ ਸਾਹਿਬ 'ਤੇ ਹਮਲਾ ਹੋ ਜਾਣਾ ਹੈ। ਕਿਉਂਕਿ ਮੈਂ ਤਾਂ ਬਹੁਤ ਛੋਟੀ ਸੀ, ਵੈਸੇ 10 ਸਾਲ ਸੀ, ਕੁਛ ਮੈਂ ਮਚਿਓਰ ਵੀ ਘੱਟ ਸੀ, ਪਰ ਜਿਹੜੀ ਮੇਰੀ ਸਿਸਟਰ ਸੀ ਉਹ ਮੇਰੇ ਤੋਂ ਸਿਰਫ 1.5 ਸਾਲ ਵੱਡੀ ਸੀ, ਪਰ ਉਹ ਬਹੁਤ ਇਮੋਸ਼ਨਲੀ ਅਟੈਚ ਸੀਗੀ। ਅਤੇ ਮੈਨੂੰ ਯਾਦ ਆ ਕਿ ਘਰ ਦਾ ਮਾਹੌਲ ਇੱਕਦਮ ਗਮਗੀਨ ਹੋ ਗਿਆ, ਜਿਸ ਤਰ੍ਹਾਂ ਕਿਸੇ ਦੀ ਡੈਥ ਹੋ ਜਾਂਦੀ ਆ। ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ। ਮੇਰੇ ਡੈਡੀ, ਮੇਰੇ ਪਿਤਾ ਜੀ ਬਹੁਤ ਜ਼ਿਆਦਾ ਸਟ੍ਰੈਸਡ ਆਊਟ ਸੀ, ਮੈਨੂੰ ਉਹਨਾਂ ਦਾ ਚਿਹਰਾ ਹਜੇ ਵੀ ਯਾਦ ਆਉਂਦਾ ਵਾ। ਤਾਂ ਗਰਮੀਆਂ ਦੇ ਵਿੱਚ ਅਸੀਂ ਸਿਆਰੇ ਵਿਹੜੇ ਦੇ ਵਿੱਚ ਮੰਜੇ ਡਾਹ ਕੇ ਬੈਠੇ ਹਾਂ, ਅਤੇ ਬਾਰ ਬਾਰ ਪਾਕਿਸਤਾਨ ਰੇਡੀਓ ਨੂੰ ਔਨ ਕਰਦੇ ਹਾਂ ਕਿ ਸਾਨੂੰ ਕੁਛ ਪਤਾ ਲੱਗੇ ਕੀ ਹੋ ਰਿਹਾ ਵਾ ਕਿੱਥੋਂ, ਕਿਉਂਕਿ ਇੰਡੀਅਨ ਚੈਨਲ ਮੀਡੀਆ ਤਾਂ ਕੁਛ ਦੱਸਦਾ ਨਹੀਂ ਸੀ। ਉੱਦਾਂ ਸਾਡੇ ਘਰ ਟੀਵੀ ਵੀ ਸੀਗਾ, ਬਟ ਟੀਵੀ ਦੇ ਵੀ ਉਦੋਂ ਕੁਛ ਹੀ ਆਵਰਸ ਹੁੰਦੇ ਸੀ, ਲਗਾ 24 ਆਵਰ ਨਹੀਂ ਸੀ ਚੱਲਦਾ, ਜਾਂ BBC ਸੁਣਦੇ ਸੀਗੇ। ਤਾਂ 4 ਜੂਨ ਨੂੰ ਮੈਨੂੰ ਯਾਦ ਆ, ਅਸੀਂ ਸਾਰੇ ਵਿਹੜੇ ਵਿੱਚ ਬੈਠੇ ਹਾਂ, ਸਾਡਾ ਘਰ ਪੁਰਾਣਾ ਸੀ, ਬਹੁਤ ਵੱਡਾ ਸੀਗਾ, ਅਤੇ ਬਹੁਤ ਸਾਰੇ ਪਿੰਡ ਦੇ ਲੋਕ ਜਿੱਦਾਂ ਆਣ ਕੇ ਉੱਥੇ ਬਹਿ ਜਾਂਦੇ। ਗਰਮੀਆਂ ਦੀ ਰੁੱਤ ਸੀ, ਅਤੇ ਮੇਰੇ ਪਿਤਾ ਜੀ ਨੇ ਅਸਮਾਨ ਵੱਲ ਦੇਖਿਆ, ਅਤੇ ਅਸਮਾਨ ਇੱਕਦਮ ਲਾਲ ਹੋ ਗਿਆ, ਅਤੇ ਮੇਰੇ ਪਿਤਾ ਜੀ ਮੈਨੂੰ ਹਜੇ ਤੱਕ ਉਹ ਗੱਲ ਯਾਦ, ਕਹਿੰਦੇ ਲੱਗਦਾ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ, ਫੌਜਾਂ ਵੜ ਗਈਆਂ ਦਰਬਾਰ ਸਾਹਿਬ ਦੇ ਅੰਦਰ, ਅਸਮਾਨ ਵੱਲ ਵੇਖੋ ਲਾਲ ਹੋਇਆ ਪਿਆ ਵਾ। ਮੈਨੂੰ ਨਹੀਂ ਯਾਦ ਕਿ ਸਾਡੇ ਘਰ ਖਾਣਾ ਬਣਿਆ ਜਾਂ ਕਿਸੇ ਨੇ ਖਾਧਾ, ਪਰ ਮੇਰੀ ਜਿਹੜੀ ਸਿਸਟਰ ਸੀਗੀ, ਮੇਰੇ ਤੋਂ 1.5 ਸਾਲ ਵੱਡੀ ਸੀ, ਉਹ ਲਗਾਤਾਰ ਰੋ ਰਹੀ ਸੀ। ਉਸਨੇ ਜਿਸ ਦਿਨ ਤੋਂ ਪਤਾ ਲੱਗਾ ਸੀ ਦਰਬਾਰ, ਉਹਨੇ ਕੁਛ ਨਹੀਂ ਸੀ ਖਾਧਾ। ਤਾਂ 7 ਜੂਨ ਨੂੰ ਮੈਨੂੰ ਯਾਦ ਆ, ਮੰਮੀ ਮੇਰਿਆਂ ਨੇ ਜਿੱਦਾਂ ਦਾਲ ਚੌਲ ਬਣਾਏ, ਅਤੇ ਕਿਹਾ ਪੁੱਤ ਤੂੰ ਖਾ ਲਾ, ਤੂੰ ਕੁਛ ਤਾਂ ਖਾ ਲਾ। ਤਾਂ ਉਹਨੇ ਰੇਡੀਓ ਔਨ ਕਰ ਲਿਆ, ਅਤੇ ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਦੀ ਖਬਰ ਆ ਗਈ ਕਿ ਸੰਤ ਸ਼ਹੀਦ ਹੋ ਗਿਆ। ਅਤੇ ਮੈਨੂੰ ਹਜੇ ਤੱਕ ਯਾਦ ਹੈ ਕਿ ਉਹਨੇ ਥਾਲੀ ਚਲਾ ਕੇ ਮਾਰੇ ਅਤੇ ਭੁੱਬਾਂ ਮਾਰ ਕੇ ਰੋਣ ਲੱਗ ਪਏ। ਉਸ ਤੋਂ ਮਤਲਬ ਇੰਝ ਲੱਗਦਾ ਸੀ ਜਿਸ ਤਰ੍ਹਾਂ ਤੁਹਾਡੇ ਅੰਦਰ, ਤੁਹਾਡੇ ਘਰ ਦੇ ਕੋਈ ਜੀ ਦੀ ਮੌਤ ਹੋ ਗਈ। ਸਾਨੂੰ ਉਸ ਵੇਲੇ ਦਾਦਾ ਜੀ ਬਾਰੇ ਤਾਂ ਪਤਾ ਹੀ ਨਹੀਂ ਸੀ ਕਿ ਮੇਰੇ ਦਾਦਾ ਜੀ ਵੀ ਐਕਚੁਲੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਬੁੰਗੇ ਸੀ। ਉਦੋਂ ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਵੀ ਉੱਥੇ ਨੇ, ਜਾਂ ਮੇਰੀ ਮਾਸੀ ਜੀ ਦਰਬਾਰ ਸਾਹਿਬ ਸ਼ਹੀਦ ਹੋਏ ਨੇ, ਉਹ ਵੀ ਉੱਥੇ ਸੀ। ਉਦੋਂ ਤਾਂ ਇੱਕ ਸਿੱਖ ਹੋਣ ਦੇ ਨਾਤੇ ਸਾਡੇ ਪਰਿਵਾਰ ਨੂੰ ਲੱਗਦਾ ਸੀ ਕਿ ਬਹੁਤ ਵੱਡਾ ਕਹਿਰ ਟੱਟ ਗਿਆ ਵਾ, ਵੀ ਇਸ ਤੋਂ ਬਾਅਦ ਸਾਡੀ ਸ਼ਾਇਦ ਸਾਡੇ ਲਈ ਜਿਉਣਾ ਹੁਣ ਸੌਖਾ ਨਹੀਂ ਰਹੇਗਾ। ਅਤੇ ਬਸ ਇੰਨੀਆਂ ਕੁ ਯਾਦਾਂ ਹੈਗੀਆਂ ਵਾ, ਬਟ ਮੈਨੂੰ ਇੰਨਾ ਯਾਦ ਆ, ਮਤਲਬ ਅਜੇ ਵੀ ਮੈਂ ਸੋਚਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਉਹ ਅਜੇ ਕੱਲ੍ਹ ਜੇ ਦੀ ਗੱਲ ਆ, ਕਿ ਜਿੱਦਾਂ ਕਿੰਨਾ ਮਤਲਬ ਪਿੰਡਾਂ ਦੇ ਮਾਹੌਲ ਕਿੰਨੇ ਸ਼ਾਂਤ ਹੁੰਦੇ ਆ, ਜਿਸ ਤਰ੍ਹਾਂ ਹਰ ਘਰ ਮਤਲਬ ਪਿੰਡ ਵੀ 2 ਧੜਿਆਂ 'ਚ ਵੰਡਿਆ ਗਿਆ ਸੀਗਾ। ਉਹੀ ਲੋਕ ਜੋ ਇੱਕ ਦਿਨ ਪਹਿਲਾਂ ਸਾਡੇ ਘਰ TV ਦੇਖਣ ਆਉਂਦੇ ਸੀਗੇ, ਮਤਲਬ ਉਹ ਦੂਸਰੇ ਫਿਰਕੇ ਨਾਲ ਸੰਬੰਧਿਤ ਸੀਗੇ, ਸਾਨੂੰ ਲੱਗਦਾ ਸੀ ਸਾਡੇ ਆਪਣੇ ਆ। ਉਹਨਾਂ ਨੂੰ ਮੈਨੂੰ ਹਜੇ ਤੱਕ ਯਾਦ ਆ, ਸੀ ਸਾਡੀ ਬਹੁਤ ਵੱਡੀ ਦਿਓੜੀ ਹੁੰਦੀ ਸੀ, ਪੁਰਾਣੇ ਜਿਹੜੇ ਮਹਿਲ ਹੁੰਦੇ ਸੀ ਉਹਦੇ ਵਿੱਚ ਦਿਓੜੀਆਂ ਹੁੰਦੀਆਂ ਸੀਗੀਆਂ, ਬਹੁਤ ਵੱਡੀਆਂ ਅਤੇ ਖੁੱਲ੍ਹੀਆਂ ਸੀ, ਉਹਦੇ ਵਿੱਚ ਮੰਜੇ ਡਾਹ ਕੇ ਬੈਠੇ ਹਾਂ, ਅਤੇ ਉਹਨਾਂ ਵਿੱਚੋਂ ਕਿ ਹਿੰਦੂ ਵੀਰਵਾਰ ਲੱਡੂ ਬਣਦਾ ਦਿਖਿਆ, ਅਤੇ ਮੇਰੇ ਡੈਡੀ ਕਹਿੰਦੇ ਅੱਜ ਤੁਹਾਡੀ ਵਾਰੀ, ਕਦੀ ਸਾਡਾ ਵੀ ਟਾਈਮ ਆਊਗਾ। ਯਾਦ, ਹਾਂਜੀ, ਉਸ ਤੋਂ ਬਾਅਦ ਮੈਨੂੰ ਨਵੰਬਰ ਵੀ ਯਾਦ ਆ, ਨਵੰਬਰ 84 ਵਿੱਚ ਮੈਨੂੰ ਯਾਦ ਆ, ਅਸੀਂ ਸਕੂਲ ਵਿੱਚ ਸੀਗੇ, ਅਤੇ ਮੈਂ ਸਕੂਲ ਵਿੱਚ ਪੜ੍ਹਦੇ ਸੀ, ਅਸੀਂ ਹਾਈ ਸਕੂਲ ਦੇ ਵਿੱਚ ਸੀਗੇ, ਅਤੇ ਮੇਰੀ ਫਰੈਂਡ ਭੱਜੀ ਭੱਜੀ ਆਈ, ਕਹਿੰਦੀ ਤੈਨੂੰ ਪਤਾ ਵਾ ਉੱਥੇ ਟੀਚਰ ਗੱਲਾਂ ਕਰਦੇ, ਇੰਦਰਾ ਮਾਰਤੀ। ਪਰ ਉਸ ਵੇਲੇ ਇੰਦਰਾ ਮਰੀ ਦੀ ਜਿੰਨੀ ਖੁਸ਼ੀ ਹੋਈ ਸੀ, ਮੈਨੂੰ ਲੱਗਦਾ ਕਿ ਮੈਨੂੰ ਕਦੀ ਆਪਣੇ ਵਿਆਹ ਦੀ ਵੀ ਖੁਸ਼ੀ ਨਹੀਂ ਹੋਈ, ਕਿਉਂਕਿ ਇੰਝ ਲੱਗਦਾ ਸੀ ਕਿ ਉਸ ਔਰਤ ਨੇ ਸਾਨੂੰ ਜਿਸ ਤਰ੍ਹਾਂ ਇੱਕ ਖਤਮ ਕਰ ਦਿੱਤਾ।
ਸਾਨੂੰ ਯਾਦ ਅਸੀਂ ਬਹੁਤ ਖੁਸ਼ ਸੀਗੇ, ਅਸੀਂ ਘਰ ਆਏ, ਸਾਡੇ ਕੋਲ ਟੇਪ ਰਿਕਾਰਡਰ ਵਗੈਰਾ ਮਿਊਜ਼ਿਕ ਲਾਉਣ ਲਈ ਤਾਂ ਕੁਛ ਹੈਗਾ ਨਹੀਂ ਸੀ, ਅਸੀਂ ਆਪਣੇ ਥਰਡ ਸਟੋਰੀ ਘਰ ਦੇ ਉੱਪਰ ਰੇਡੀਓ ਹੀ ਉੱਚੀ ਆਵਾਜ਼ 'ਚ ਲਾਤਾ ਕਿ ਅੱਜ ਸਾਡਾ ਦਿਨ ਹੈ, ਅੱਜ ਇੰਦਰਾ ਮਰ ਗਈ। ਬਟ ਮੈਨੂੰ ਯਾਦ ਆ ਕਿ ਨਵੰਬਰ ਦੀ ਉਸੇ ਰਾਤ ਨੂੰ ਹੀ ਦਿੱਲੀ ਦੰਗਿਆਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਤੋ ਜਿਹੜਾ ਸਾਡਾ ਖੁਸ਼ੀ ਦਾ ਮਾਹੌਲ ਸੀ, ਸਾਨੂੰ ਲੱਗਦਾ ਸੀ ਕਿ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਆ, ਸਾਡੇ ਜ਼ਖਮਾਂ ਉੱਤੇ ਅੱਜ ਮਲਮ ਲੱਗੀ ਆ। ਫਿਰ ਉਹੀ ਮਤਲਬ ਜਦੋਂ ਦਿੱਲੀ ਦੰਗੇ ਦੀਆਂ ਖਬਰਾਂ ਆ ਗਈਆਂ, ਹਾਲਾਂਕਿ ਸਾਡਾ ਤਾਂ ਦਿੱਲੀ ਵਿੱਚ ਕੋਈ ਨਹੀਂ ਸੀ ਰਹਿੰਦਾ, ਪਰ ਜੋ ਵੀ ਉੱਥੇ ਹੋ ਰਿਹਾ ਸੀ ਉਹ ਸਾਡੇ ਹੀ ਭੈਣ ਭਰਾ ਸੀ। ਫਿਰ ਵੀ ਇੰਝ ਲੱਗਦਾ ਸੀ ਜਿੱਦਾਂ ਹਿਰਦਾ ਇੱਕ ਵਾਰ ਫਿਰ ਵਲੂੰਦ ਰਿਆ ਗਿਆ ਹੁੰਦਾ। ਉਸ ਤੋਂ ਬਾਅਦ ਖੁਸ਼ੀ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਉਸ ਤੋਂ ਬਾਅਦ ਫਿਰ 1984 ਵਾਲਾ ਜਿਹੜਾ ਟਾਈਮ ਸੀਗਾ ਉਹ ਵਾਪਸ ਆ ਗਿਆ, ਉਹੀ ਦੁੱਖ, ਉਹੀ ਘਬਰਾਹਟ, ਕੁਛ ਨਹੀਂ ਸੀ ਪਤਾ ਲੱਗਦਾ ਕੀ ਹੋ ਰਿਹਾ। ਉਦੋਂ ਤਾਂ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ, ਪਰ ਬਹੁਤ ਸਾਲ ਬਾਅਦ ਪਤਾ ਲੱਗਦਾ ਵਾ ਵੀ ਅਸੀਂ ਕਿੰਨੀ ਵੱਡੀ ਗੁਲਾਮੀ ਆ। ਸਾਡੇ ਲਈ ਉੱਥੇ ਫਰੀਡਮ ਮਿਲੀ ਹੋਗੀ, ਸਾਨੂੰ ਤਾਂ ਕਦੀ ਨਹੀਂ ਮਿਲੀ। ਜੇ ਸਾਨੂੰ ਫਰੀਡਮ ਮਿਲੀ ਹੁੰਦੀ ਤਾਂ ਕਮ ਸੇ ਕਮ ਕੋਈ ਮੀਡੀਆ ਤਾਂ ਹੁੰਦਾ ਜਿਹੜੀ ਸਾਡੇ ਹੱਕ ਦੀ ਵੀ ਗੱਲ ਕਰਦਾ। ਸਾਨੂੰ ਆਪਣੇ ਨਾਲ ਵਾਲੇ ਦੇਸ਼ ਪਾਕਿਸਤਾਨ 'ਤੇ ਡਿਪੈਂਡ ਨਹੀਂ ਕਰਨਾ ਪੈਂਦਾ ਉਹਨਾਂ ਕੋਲ, ਜਾਂ BBC ਸੁਣ ਲਈ ਸਾਨੂੰ ਖਬਰ, ਸਾਨੂੰ ਕੋਈ ਤਾਂ ਦੱਸਦਾ ਕਿ ਅਸੀਂ ਵੀ ਇਸੇ ਦੇਸ਼ ਦੇ ਵਸਨੀਕ ਆ, ਸਾਡੇ ਨਾਲ ਕੀ ਹੋ ਰਿਹਾ। ਹਾਂ, ਫਿਰ ਅਸੀਂ ਯੂਨੀਵਰਸਿਟੀ ਚਲੇ ਗਏ, ਉੱਥੇ ਵੀ ਸੰਤਾਪ ਤਾਂ ਅਸੀਂ ਭੋਗਦੇ ਹੀ ਰਹੇ ਹਾਂ। ਕਦੀ ਕਿਸੇ ਮੁੰਡੇ ਨੂੰ ਚੁੱਕ ਕੇ ਲੈ ਜਾਣਾ ਹੋਸਟਲ ਦੇ ਵਿੱਚ, ਕਦੀ ਕਿਸੇ ਮੁੰਡੇ ਨੂੰ ਚੁੱਕ ਕੇ ਲੈ ਜਾਣਾ ਹੋਸਟਲ ਦੇ ਵਿੱਚ, ਫਿਰ ਧਰਨੇ ਮਾਰਨੇ, ਉਹਨਾਂ ਨੂੰ ਛੁਡਾ ਕੇ ਲਿਆਉਣਾ, ਫਿਰ ਤਾਂ ਜਿੱਦਾਂ ਕਹਿ ਲਓ ਕਿ ਉਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣ ਗਏ ਆ। ਫਿਰ ਮੰਮੀ ਪਾਪਾ ਨੇ ਇਹ ਕਹਿਣਾ ਕਿ ਘਰਾਂ 'ਚ ਨਹੀਂ ਆਉਣਾ, ਕੋਈ ਪਤਾ ਹੀ ਨਹੀਂ ਸੁਣਦਾ ਫੌਜੀਆਂ ਨੇ ਕਿਹੜੇ ਵੇਲੇ ਆ ਵੜਨਾ, ਤੁਸੀਂ ਹੋਸਟਲਾਂ 'ਚ ਹੀ ਰਹੋ। ਬਹੁਤ ਮਾੜਾ ਟਾਈਮ ਆ, ਬਹੁਤ ਮਾੜਾ ਟਾਈਮ ਆ। ਹਾਂਜੀ, ਅਸੀਂ ਪਿੰਡ ਹੀ ਸੀ ਕਿਉਂਕਿ ਮੇਰੇ ਮੰਮੀ ਦੀ ਜੌਬ ਵੀ ਪਿੰਡ ਸੀ, ਮੇਰੇ ਡੈਡੀ ਵੀ ਉੱਥੇ ਹੀ ਜੌਬ ਕਰਦੇ ਸੀ, ਅਸੀਂ ਉੱਥੇ ਹੀ ਰਹੇ ਹਾਂ। ਹਾਂਜੀ, ਪਰ ਪਹਿਲਾਂ ਅਸੀਂ ਜਿਸ ਤਰ੍ਹਾਂ ਸਾਡੇ ਘਰ ਦਾ ਵੈਸੇ ਮਾਹੌਲ ਸ਼ੁਰੂ ਤੋਂ ਕਾਫੀ ਪੋਲੀਟੀਕਲ ਸੀ, ਅਸੀਂ ਕਾਫੀ ਇਨਵੋਲਵ ਸੀ, ਅਸੀਂ ਯੰਗ ਏਜ ਵਿੱਚ ਵੀ ਕਾਫੀ ਜ਼ਿਆਦਾ ਇਨਵੋਲਵ ਸੀਗੇ। ਬਟ ਉਦੋਂ ਫਿਰ ਸਾਡੀ ਥਿੰਕਿੰਗ ਬਿਲਕੁਲ ਬਦਲ ਗਈ ਵੀ ਇਹ ਦੇਸ਼ ਸਾਡਾ ਨਹੀਂ ਆ, ਇਹ ਦੇਸ਼ ਸਾਡਾ ਹੋ ਹੀ ਨਹੀਂ ਸਕਦਾ। ਪਹਿਲਾਂ ਅਸੀਂ ਉਸ ਦੇਸ਼ ਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ, ਪਰ ਉਸ ਦਿਨ ਤੋਂ ਬਾਅਦ ਸਾਨੂੰ ਉਹ ਦੇਸ਼ ਕਦੇ ਆਪਣਾ ਨਹੀਂ ਲੱਗਾ।